ਬਲੇ ਬਲੇ ਪੰਜਾਬ ਦੇ ਉੱਪਰ ਇਹ ਵਧੀਆ ਜਾਮੀ ਹਰਦੀਪ ਸਿੰਘ ਦਾ ਉਤੋਂਗਾ ਵਾਲੀ ਹੈ ਸਾਡੇ ਮੇਨ ਪ੍ਰੋਮੋਟਰ ਨੇ ਸ਼ਾਹ ਕੋਰ ਦੇ ਪੰਜਾਬ ਸਪੋਰਟ ਕਲੱਬ ਸਿਆਚਲ ਮੋਹਣਾ ਜੋਧਾ ਸਾਡੇ ਬੰਟੀ ਗਿੱਲ ਜੀ ਸੰਦੀਪ ਸੁਣੀ ਤੇ ਵਰਿੰਦਰ ਗਰੇਵਾਲ ਮੈਟਰੋ ਕਲੱਬੀ ਕਬੱਡੀ ਕਲੱਬ ਵੀ ਇਸ ਕਬੱਡੀ ਕਲੱਬ ਦੇ ਮੇਨ ਸਪੋਂਸਰ ਨੇ ਪਹਿਲੀ ਵਾਰ ਖੇਡ ਦੇ ਮੈਦਾਨ ਦੇ ਚੌਥੇ ਮੈਚ ਹੋ ਚੁੱਕੀ ਹੈ ਪਹਿਲਾ ਸੈਮੀ ਮੈਚ ਸਾਡੇ ਬਿੱਟੂ ਜੀ ਜਸਪਾਲ ਬਾਂਦਾ ਵਾਲੇ ਐਲਾਨ ਕਰਦੇ ਆ ਪਹਿਲਾ ਸੈਮੀ ਮੈਚ ਟੀਮਾਂ ਨੋਟ ਕਰਨਗੀਆਂ ਸਹਾਰਾ ਵਰਤੀਆ ਰਾਮ ਕਿੰਗ ਜੂਨਸ ਇਹ ਟੀਮਾਂ ਨੂੰ ਬੇਨਤੀ ਹੈ ਪਹਿਲਾ ਸੈਮੀ ਮੈਚ ਖੇਡ ਦੇ ਮੈਦਾਨ ਲਈ ਬਹੁਤ ਵੱਡਾ ਹੋਵੇਗਾ ਸੋ ਜਿਹੜੇ ਦਰਸ਼ਕ ਵੀ ਹੋਣੇ ਫਿਰ ਜੋੜੇ ਨੇ ਆਪਾਂ ਨੋਟ ਕਰੀਏ ਅੱਜ ਦੇ ਕਬੱਡੀ ਕੱਪ ਦਾ ਚੌਥਾ ਮੈਚ ਖੇਡ ਦੇ ਮੈਦਾਨ ਵਿੱਚ ਚੱਲਦਾ ਹੈ ਗੁਰਦੁਆਰਾ ਸਾਹਿਬ ਵਾਲੇ ਪਾਸੇ ਟੀਮ ਹੈ ਦੁਨੀਆ ਦੇ ਮਹਾਨ ਖਿਡਾਰੀ ਪਹੁੰਚੇ ਹੋਏ ਨੇ ਇਧਰਲੇ ਪਾਸੇ ਹੁਣ ਚਾਰ ਜਾਫੀ ਲੋਕ ਪੂਰੇ ਟੌਪ ਦੇ ਨੇ ਇੱਕ ਕਲੀ ਦੇ ਹੈਪੀ ਹੈ ਸਿੰਦਰਾ ਪਿੰਡ ਵਾਲਾ ਤੇ ਨਾਲ ਸੀਪਾ ਜੀਮਿਆਂ ਦੀ ਧਰਤੀ ਦਾ ਲੱਖਾ ਇਧਰਲੇ ਪਾਸੇ ਲਾਪਾ ਕੇ ਖੇਡ ਮੈਦਾਨ ਦੇ ਵਿੱਚ ਬੱਲੇ 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 ਲੋਕ ਲੱਖੇ ਨੇ ਜਫਾ ਲਾਤਾ ਤਾੜੀ ਮਾਰਦੇ ਦੋਸਤ ਵੀਰੋ ਇਹ ਹੈ ਕਹਿੰਦੇ ਕਿ ਦੁਨੀਆ ਦਾ ਮਹਾਨ ਜਾਫੀ ਲੱਖਾ ਚੀਮੇ ਦਾ ਜਿੱਥੇ ਕੱਲ ਕਬੱਡੀ ਕੱਪ ਹੋਣਾ ਚੀਮਾ ਵਾਲਾ ਪਿੰਡ ਨੂੜਵਾਲ ਦੇ ਬਿਲਕੁਲ ਲਾਗੇ ਹੈ ਜੇ ਪਿੰਡ ਦਾ ਸਰਬਜੀਤ ਚੀਮਾ ਮਹਾਨ ਕਹਿੰਦੇ ਸਿੰਗਰ ਉੱਥੇ ਕੱਲ ਨੂੰ ਵੱਡੇ ਕਬੱਡੀ ਦੇ ਮੁਕਾਬਲੇ ਹੋਣੇ ਹੈ ਸੰਦੀਪ ਲੁੱਧੜ ਨੇ ਕਬੱਡੀ ਪਾਈ ਹੈ ਖੇਡ ਦੇ ਮੈਦਾਨ ਦੇ ਵਿੱਚ ਕਿ ਬੱਲੇ ਸ਼ੇਰ ਜਵਾਨਾ ਖੇਲੀ ਦਾ ਵਿੱਚ ਮੈਦਾਨਾ ਕਬੱਡੀ ਕਲੱਬ ਜਲੰਧਰ ਕੈਲੀਫੋਰਨੀਆ ਤੇ ਦੂਸਰੇ ਪਾਸੇ ਨੰਬਰ ਬਿੱਟੂ ਜੀ ਸਪਾਲ ਬਾਂਦਰਾ ਵਾਲੇ ਬਾਂਦਰਾ ਵਾਲੇ ਕਹਿੰਦੇ ਕਿ ਇਸ ਨੂੰ ਸ਼ਾਹ ਕੋਟ ਦੇਵ ਦਾ ਇਹ ਟੈਕਨੀਕਲ ਨੰਬਰ ਹੈ ਇਸ ਦਾ ਰੂਲ ਨਿਯਮ ਨੇ ਸਭ ਤੋਂ ਪ੍ਰਾਪਰ ਲਾਗੂ ਹੋ ਗਏ ਲੋਕਾਂ ਦੀ ਸ਼ਾਹ ਕੋਟ ਦੀ ਟੀਮ ਦੇ ਨੂੰ ਮੇਰੀ ਵਿਸਕੇਰ ਦੇ ਮੈਦਾਨ ਦੇ ਵਿੱਚ ਲੋਕ ਕੋਟ ਬਣਿਆ ਪਿਆ ਲੋਕ ਮਨੀ ਮੁੱਲੀਆਂ ਵਾਲਾ ਤੇ ਦੂਸਰੇ ਪਾਸੇ ਸੱਚੇ ਦਾ ਧਰਮੀ ਵਾਲਾ ਪਿੰਡ ਬਿਲਕੁਲ ਸ਼ਾਹ ਕੋਟ ਦੇ ਲਾਗੇ ਸ਼ਾਹ ਕੋਟ ਦੀ ਧਰਤੀ ਲੱਖਾ ਚੀਮਿਆਂ ਦੋ ਨੰਬਰ ਤੇ ਜਾਮ ਕੋਟਰੀ ਵਾਲਾ ਦੋ ਨੰਬਰ ਤੇ ਹੈਪੀ ਸਿੰਧਰਾ ਵਾਲਾ ਆ ਹੈ ਹੈਪੀ ਸਿੰਧਰਾ ਵਾਲਾ ਜਿਹਨੇ 2016 ਤੇ 2017 ਵਿੱਚ ਕਨੇਡਾ ਧੰਨ ਧੰਨ ਕਰਾਈ ਅੱਜ ਜਕੋਪੁਰ ਦੇ ਕਬੱਡੀ ਕੱਪ ਦੇ ਵਿੱਚ ਧੰਨ ਧੰਨ ਕਰਦਾ ਹੋਇਆ ਇਹ ਹੈ ਹੈਪੀ ਸਿੰਧਰਾ ਵਾਲਾ ਅਗਲੀ ਕਬੱਡੀ ਖੇਡ ਦੇ ਬਾਅਦ ਤਿੰਦਾ ਪਾਉਂਦਾ ਖੇਡ ਦੇ ਮੈਦਾਨ ਦੇ ਵਿੱਚ ਕਿ ਲੋਹੇ ਵਾ ਕੇ ਪੱਟਾਂ ਉੱਤੇ ਹਲਕੀ ਮਾਰ ਥਾਪੀ ਇੱਕ ਪਾਸੇ ਰੇਡਰ ਯਾਰ ਦੂਸਰੇ ਪਾਸੇ ਜਾਫੀ ਕਿ ਲੋਹੇ ਵਰਗੇ ਪੱਟਾਂ ਉੱਤੇ ਹਲਕੀ ਮਾਰ ਥਾਪੀ ਜਲੰਧਰ ਦੀ ਟੀਮ ਦੇ ਲਈ ਪੰਜਾਬ ਦੇ ਕਹਿੰਦੇ ਬਾਈਆਂ ਜ਼ਿਲ੍ਹਿਆਂ ਦੇ ਵਿੱਚੋਂ ਹੁਸ਼ਿਆਰ
ਜ਼ਿਲ੍ਹਾ ਸਭ ਤੋਂ ਪੜ੍ਹਿਆ ਲਿਖਿਆ ਜ਼ਿਲ੍ਹਾ ਮੰਨਿਆ ਗਿਆ। ਪੜ੍ਹੇ ਲਿਖੇ ਜ਼ਿਲ੍ਹੇ ਦਾ ਕਹਿੰਦੇ ਆਹ ਰੇਡਰ ਕਬੱਡੀ ਪਾ ਰਿਹਾ ਜਦੋਂ ਸ਼ਾਮ ਤੋਂ ਅਸੀਂ ਪਿੰਡ ਹੁਸ਼ਿਆਰਪੁਰ ਜ਼ਿਲ੍ਹਾ ਲੋਕ ਫੌਜੀ ਕਬੱਡੀ ਪਾ ਰਿਹਾ ਖੇਡ ਮੈਦਾਨ ਦੇ ਵਿੱਚ ਕਿ ਟੁੱਟੀ ਮੰਜੀ ਬਾਣ ਪੁਰਾਣਾ ਬੇਦੀ ਦਿਸਦੇ ਤਾਰੇ ਮੈਂ ਰਹਿਣਾ ਫੌਜੀ ਦੇ ਚਾਹੇ ਬੂਟ ਸਣੇ ਲੱਤ ਮਾਰੇ ਮੈਂ ਰਹਿਣਾ ਫੌਜੀ ਦੇ ਪ੍ਰਗਟ ਨੇ ਟਰਾਈ ਕੀਤੀ ਪਰ ਨੰਬਰ ਫੌਜੀ ਸ਼ਾਮ ਤੋਂ ਅਸੀਂ ਗਲਾ ਸ਼ਾਹਪੁਰ ਦੀ ਨੀਮਤ ਦੇ ਨੰਬਰ ਦਾ ਵਾਧਾ ਕਰਦਾ ਹੋਇਆ ਖੇਡ ਦੇ ਮੈਦਾਨ ਵਿੱਚ ਅਗਲੀ ਕਬੱਡੀ ਆ ਚੁੱਕੀ ਹੈ। ਜਿਨ੍ਹਾਂ ਨੇ ਇਤਿਹਾਸ ਫੜਿਆ ਹੋਣਗੇ ਉਹ ਜਾਣਦੇ ਹੋਣਗੇ ਦੁਨੀਆ ਪਾਣੀ ਨੂੰ ਕਹਿੰਦੇ 5000 ਸਾਲ ਹੋਏ ਹੈ ਤੇ 5000 ਸਾਲਾਂ ਵਿੱਚ 9 ਲੱਖ ਤੋਂ ਵੱਧ ਸਿੱਖ ਸ਼ਹੀਦ ਹੋਏ ਤੇ ਬੱਬੂ ਮਾਨ ਨੇ ਫਿਰ ਲਿਖਿਆ ਮਰਨੋਂ ਮੋਲ ਨਾ ਕਰਦੇ ਜਿਹੜੇ ਅੱਤ ਦੇ ਸ਼ਿਕਾਰੀ ਆ ਤੇ ਸੌਜਾ ਪੁੱਤਰਾਂ ਦੇ ਸੌਜਾ ਸਿੰਘਾਂ ਦੇ ਹੱਥ ਬੜੇ ਭਾਰੀ ਆ ਸਿੰਘਾਂ ਦੇ ਹੱਥ ਬੜੇ ਭਾਰੀ ਆ ਦੁਨੀਆ ਦਾ ਮਹਾਨ ਫੋਟੋਗ੍ਰਾਫੀ ਨੰਗਲਾ ਵਾਲਾ ਸੰਦੀਪ ਪਹੁੰਚਿਆ ਧੰਨਵਾਦ ਤੇਰਾ ਲੁੱਟਰ ਨੇ ਪਾਈ ਹੈ ਕਬੱਡੀ ਬਈ ਜਿਹੜੇ ਜਿਹੜੇ ਲੁੱਟਰ ਨੂੰ ਪਿਆਰ ਕਰਦੇ ਤਾੜਾ ਖੁੱਲ ਕੇ ਮਾਰਦੇ ਮੇਰੇ ਵੀਰੇ ਸੰਦੀਪ ਲੁੱਟਰ ਜਿਹਨੂੰ ਦੁਨੀਆ ਦੂਰੋਂ ਦੂਰੋਂ ਦੇਖਣ ਆਉਂਦੀ ਹੈ ਅੱਜ ਲੁੱਟਰ ਚੱਲ ਕੇ ਸੰਗਰੂਰ ਤੋਂ ਸਾਡੇ ਜ਼ਿਲ੍ਹੇ ਵਿੱਚ ਪਹੁੰਚਿਆ ਸ਼ਾਹਕੋਟ ਦੀ ਧਰਤੀ ਤੇ ਪਹੁੰਚਿਆ ਧੰਨਵਾਦ ਆਹ ਸਾਹਮਣੇ ਮੰਡੀਆਂ ਵਾਲਾ ਖੇਡ ਦੇ ਮੈਦਾਨ ਸੁੱਖਾ ਤੇ ਦੂਸਰੇ ਪਾਸੇ ਸੰਦੀਪ ਲੁੱਟਰ ਦੁਨੀਆ ਵਿੱਚ ਵੱਖਰਾ ਨਾਮ ਬੱਕਰੀ ਪਹਿਚਾਣ ਜਾਰੀ ਹੋਏ ਨੇ ਮੇਰੀ ਬੇਨਤੀ ਹੈ ਪਹਿਲਾ ਸੈਮੀ ਮੈਚ ਇੱਕ ਪਾਸੇ ਰਾਮ ਸਿੰਘ ਜੂਐਸਏ ਤੇ ਦੂਸਰੇ ਪਾਸੇ ਮੇਰੀ ਬੇਨਤੀ ਹੈ ਸਹਾਰਾ ਰਲਵਾਂ ਦੀ ਟੀਮਾਂ ਨੂੰ ਉਹ ਖੇਡ ਦੇ ਮੈਦਾਨ ਦੇ ਵਿੱਚ ਆਉਣਗੀਆਂ ਅੱਜ ਕਹਿੰਦੇ ਸਾਡੇ ਵੀਰ ਗੁਰਜੀਤ ਸਿੰਘ ਜੀ ਫਤਿਹਪੁਰ ਤੋਂ ਉਹਨਾਂ